दो दिन से लगातार हो रही बारिश के कारण गांव दरवेश में बाढ़ जैसे हालात बन गए हैं। नगोद रोड को ना बनाने के कारण सड़क को चौड़ा किया जा रहा है, जिस कारण कई जगह सड़क किनारे बनी पुली को बंद करने के कारण भारी वर्षा के चलते आसपास के गांव का पानी दरवेश पिंड की तरफ आ गया वह लोगों के घरों में घुस गया। दरवेश गाँव के 400 के करीब खेतों में पानी भरने के कारण बाढ़ जैसे हालात बन चुके हैं। डीसी कपूरथला ने मौके पर पहुंचकर सारे हालात का जायजा लिया। एनकाउंटर फुगवाड़ा से राजेश कुमार की रिपोर्ट। हाँ जी, सत श्री अकाल जी। मैं जी बाकी सरपंच साहब ने तुहानू दस ही दिता है सारा कुछ, तिथि तुहाडे सामने ही आ। इस दे विच ज़्यादा अणगहली पी डबल्यू डी डिपार्टमेंट की है। उन्होंने जिहड़ियां जदों ये रोड का काम चलिया, जदों ये रोड का तुहानू पता कि 5.5 फुट दोनों पासे नू बधाई गई है, पर पुलियां पहलां बधाउणियां चाहीदियां सी। पी डबल्यू डी डिपार्टमेंट की अणगहली है, उन्होंने पहला पुलियां का काम कंप्लीट नहीं किया, बल्कि जेडे पुलिया चल भी रही सी उहदे मोहरे वो बट्टा ते होर सारा कुछ सिट्टण दे करके ਤਾਂ ਉਹ ਪੁਲੀਆਂ ਬੰਦ ਹੋ ਗਈਆਂ ਅਤੇ ਉਹਦੇ ਕਰਕੇ ਇਹ ਪਾਣੀ ਪਿੱਛੇ ਜਾਮ ਹੋ ਗਿਆ ਅਤੇ ਸਟੱਕ ਹੋਣ ਦੇ ਕਰਕੇ ਪਾਣੀ ਤੇਰੇ ਤੁਹਾਡੇ ਸਾਹਮਣੇ ਹੀ ਆ ਕਿੰਨਾ ਜਮ੍ਹਾਂ ਹੋ ਗਿਆ। ਮੌਕੇ ਦੇ ਜਿਹੜੇ ਸਰਕਾਰੀ ਅਧਿਕਾਰੀ ਕਿਹੜੇ ਕਿਹੜੇ ਮੌਕੇ 'ਤੇ ਆਇਆ ਜੀ? ਸਰਕਾਰੀ ਅਧਿਕਾਰੀ ਅੱਜ ਜੀ ਆਪਣੇ ਆਮ ਆਦਮੀ ਪਾਰਟੀ ਤੋਂ ਸਾਡੇ ਹਲਕਾ ਇੰਚਾਰਜ ਜਤਿੰਦਰ ਸਿੰਘ ਮਾਨ ਅਤੇ ਡੀ ਸੀ ਸਾਹਿਬ, ਤਹਿਸੀਲਦਾਰ ਸਾਹਿਬ, ਏ ਡੀ ਸੀ ਸਾਹਿਬ, ਅੱਜ ਸਰਕਾਰੀ ਅਧਿਕਾਰੀ ਦਾ ਲਗਭਗ ਸਾਰੇ ਆਏ ਆ ਜੀ। ਪਰ ਭਾਅ ਜੀ ਜ਼ਿਆਦਾ ਸਮੇਂ ਆਪਾਂ ਦੇਖਦੇ ਪਏ ਹਾਂ ਸਵੇਰ ਤੋਂ ਦੁਪਹਿਰ ਹੋ ਚੱਲੀ ਹੈ, ਸਰਕਾਰੀ ਮਸ਼ੀਨਰੀ ਇਸ ਟਾਈਮ ਸਰਕਾਰੀ ਅਧਿਕਾਰੀ ਕੋਈ ਨਹੀਂ ਹੈਗਾ ਕੰਮ ਕਰਨ ਕੰਮ ਕਰਨ ਜੀ ਹੁਣ ਕਿਹਾ ਆ ਉਹਨਾਂ ਨੂੰ ਉਹ ਸ਼ੁਰੂ ਕਰ ਰਿਹਾ ਸਵੇਰ ਤੋਂ, ਅਸੀਂ ਆਪਣੇ ਲੈਵਲ 'ਤੇ ਤਾਂ ਐਫਰਟ ਕਰੇ ਰਹੇ ਸੀ ਸਵੇਰ ਦੇ 6 ਵਜੇ ਦੇ ਲੱਗੇ ਉੱਥੇ। ਤੁਸੀਂ ਜੇ ਵੀ ਸਿਖਾਈ ਆ ਜਿਹੜੀ ਕੰਮ ਕਰਦੀ ਉਹ ਤੁਸੀਂ ਆਪਣੇ ਪੈਸੇ ਦੇ ਲਈ? ਨਹੀਂ, ਇਹ ਪੀ ਡਬਲਿਊ ਡੀ ਡਿਪਾਰਟਮੈਂਟ ਨੇ ਭੇਜੀ ਆ, ਉਹ ਜਿਹੜੀ ਪਹਿਲਾਂ ਲੱਗੀ ਸੀ ਉਹ ਅਸੀਂ ਆਪ ਮੰਗਵਾਈ ਸੀ। ਅੱਜ ਅਸੀਂ ਫਗਵਾੜਾ ਦੇ ਪਿੰਡ ਦਰਵੇਸ਼ 'ਚ ਆਏ ਹੈਗੇ ਹਾਂ। ਇੱਥੇ ਅਸੀਂ ਦੇਖ ਰਹੇ ਸੀ, ਜਿੱਦਾਂ ਤੁਸੀਂ ਮੇਰੇ ਪਿੱਛੇ ਵੀ ਦੇਖ ਲਓ, ਵਾਟਰ ਲੋਗਿੰਗ ਹੈਗੀ ਹੈ। ਬਰਸਾਤ ਪਿਛਲੇ 2 ਦਿਨਾਂ ਦੀ ਕਾਫੀ ਤੇਜ਼ ਹੋਈ ਇੱਥੇ, ਉਹਦੇ ਕਾਰਨ ਪਾਣੀ ਇੱਥੇ ਖੜਿਆ ਹੈਗਾ। ਕਿਤੇ ਨਾ ਕਿਤੇ ਪੁਲੀਆਂ ਵੀ ਬਲੋਕ ਸੀਗੀਆਂ, ਉਹ ਅਸੀਂ ਖੁਲਵਾ ਦਿੱਤੀਆਂ ਹੈਗੀਆਂ। ਪਾਣੀ ਦਾ ਹੁਣ ਨੈਚੁਰਲ ਜੋ ਗ੍ਰੇਡੀਅੰਟ ਹੈਗਾ ਉਹਦੇ ਹਿਸਾਬ ਨਾਲ ਉਹ ਫਲੋ ਕਰਦਾ ਪਿਆ ਹੈਗਾ। ਹਜੇ ਤੱਕ ਕੋਈ ਵੀ ਅਣਸੁਖਾਵੀ ਘਟਨਾ ਸਾਡੇ ਧਿਆਨ 'ਚ ਨਹੀਂ ਆਈ ਹੈਗੀ, ਐਂਡ ਰੱਬ ਦੀ ਮਿਹਰ ਨਾਲ ਇੱਦਾਂ ਹੀ ਰਹੇਗਾ। ਜਿਹੜਾ ਕਿ ਜਿਹੜੀ ਫੀਲਡ ਦੀ ਅਸੈਸਮੈਂਟ ਹੈ, ਜਿਹੜੀ ਕਰੋਪ ਡੈਮੇਜ ਹੋਇਆ ਉਹ ਅਸੀਂ ਇਸ ਤੋਂ ਬਾਅਦ ਉਹਦੀ ਵੀ ਅਸੈਸਮੈਂਟ ਕਰਾਵਾਂਗੇ, ਐਂਡ ਹਜੇ ਤੱਕ ਸਿਚੁਏਸ਼ਨ ਅੰਡਰ ਕੰਟਰੋਲ ਹੈ, ਕੋਈ ਇੱਦਾਂ ਦਾ ਇਸ਼ੂ ਨਹੀਂ ਹੈਗਾ। ਜੀ ਸਾਹਿਬ, ਜਿਹੜਾ ਮੇਨ ਰੋਡ ਤੇ ਹਾਈਵੇ ਤੇ ਜਿਹੜਾ ਪਾਣੀ ਕਾਫੀ ਤੇਜ਼ ਨਾਲ ਵਰ ਰਿਹਾ ਜੀ, ਬਾਈ ਚਾਂਸ ਉਹਦੇ ਕੋਈ ਇੰਤਜ਼ਾਮ ਕੀਤਾ ਕਿ ਬਾਈ ਚਾਂਸ ਰੋਡ ਬਹਿ ਜਾਂਦਾ ਕੁਛ? ਅਸੀਂ ਆਲਰੇਡੀ ਮਸ਼ੀਨਰੀ ਮੰਗਾ ਲਿੱਤੀ, ਜੀ ਸੀ ਵੀ ਸਾਡੇ ਕੋਲ ਹੈਗੇ ਆ, ਓਫੀਸ਼ੀਅਲ ਵੀ ਸਾਡੇ ਸਾਰੇ ਮੌਕੇ 'ਤੇ ਹੈਗੇ ਆ। ਕੋਈ ਵੀ ਇੱਦਾਂ ਦੀ ਆਪਾਂ ਪ੍ਰੋਬਲਮ ਮੰਨ ਨਹੀਂ ਦੇਵਾਂਗੇ, ਜੇਕਰ ਕਿਤੇ ਆ ਵੀ ਜਾਂਦੀ ਖੁਦਾ ਨਾ ਖਾਸਤਾ, ਅਸੀਂ ਇਮੀਡੀਏਟਲੀ ਉਹਦੇ ਵਾਸਤੇ ਰਿਸਪੋਂਡ ਕਰਨ ਵਾਸਤੇ ਬਿਲਕੁਲ ਤਿਆਰ ਕਰਾਂਗੇ। ਜੀ ਸਰ, ਸਵੇਰ ਦਾ ਮਾਹੌਲ ਇੱਦਾਂ ਦਾ ਹੋਇਆ ਹੋਇਆ, ਸਵੇਰ ਦਾ ਕੋਈ ਸਰਕਾਰੀ ਮਸ਼ੀਨਰੀ ਹਜੇ ਤੱਕ ਨਹੀਂ ਇੱਥੇ ਤੱਕ ਆਈ ਹੈਗੀ, ਕਿਉਂਕਿ ਪੰਚਾਇਤ ਨੇ ਆਪਣੀ ਪ੍ਰਾਈਵੇਟ ਲਿਆ ਕੇ ਇੱਥੇ ਕੰਮ ਕੀਤਾ ਪਿਆ। ਇਸ ਵੇਲੇ ਸਾਰੀ ਸਰਕਾਰੀ ਮਸ਼ੀਨਰੀ ਸਾਰੇ ਅਫਸਰਾਂ ਇਸੇ ਵਾਸਤੇ ਮੌਕੇ 'ਤੇ ਆਏ। ਮੈਂ ਸਪੈਸ਼ਲੀ ਇਹੀ ਦੇਖਣ ਵਾਸਤੇ ਆਇਆ ਸੀਗਾ ਕਿ ਕਿਉਂ ਜਿਹੜਾ ਵੀ ਕੋਈ ਇਹਨਾਂ ਨੇ ਕੰਮ ਕੀਤਾ ਹੈਗਾ ਪਿੰਡ ਵਾਲਿਆਂ ਨੇ, ਕਿਸ ਲੈਵਲ ਦਾ ਕੰਮ ਹੋਇਆ, ਕੋਈ ਹੋਰ ਕੰਮ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸੋ ਸਾਡੀ ਮਸ਼ੀਨਰੀ ਆਲਰੇਡੀ ਔਨ ਸਟੈਂਡ ਬਾਏ ਹੈਗੀ ਹੈ, ਜਿਹੜੀ ਮਸ਼ੀਨਰੀ ਆਲਰੇਡੀ ਲੱਗੀ ਹੋਈ ਸੀ ਉਹ ਤਾਂ ਅਸੀਂ ਜਿਹੜਾ ਰਿਕੁਆਇਰਡ ਕੰਮ ਸੀ ਆਲਰੇਡੀ ਕਰਾ ਲਿੱਤਾ, ਜੇ ਸਾਨੂੰ ਹੋਰ ਲੋੜ ਪੈਂਦੀ ਹੈ ਅਸੀਂ ਇਮੀਡੀਏਟਲੀ ਮਸ਼ੀਨਰੀ ਮੰਗਾ ਲਾਂਗੇ, ਨਾਲ ਹੀ ਹੈਗੀ ਸਟੈਂਡ ਬਾਏ 'ਤੇ ਖੜੀ। ਸਰ, ਜਿਹੜੇ ਪਿੰਡਾਂ ਵਿੱਚ ਛੱਪੜ ਆ, ਛੋਟੇ ਛੋਟੇ ਛੱਪੜ ਆ, ਉਹਨਾਂ ਨੂੰ ਵੀ ਓਵਰਫਲੋ ਕਾਫੀ ਹੋਇਆ ਹੈਗਾ, ਜਿਹਦੇ ਕਰਕੇ ਘਰਾਂ 'ਚ ਵੀ ਪਾਣੀ 'ਚ, ਪਿੰਡਾਂ 'ਚ ਕਾਫੀ ਘਰਾਂ 'ਚ ਪਾਣੀ ਭਰਿਆ, ਉਹਨਾਂ ਵਾਸਤੇ ਕੀ ਕੀਤਾ? ਬਿਲਕੁਲ, ਅੱਜ ਤਾਂ ਹੁਣ ਬਾਰਿਸ਼ ਦਾ ਮੌਸਮ ਹੈਗਾ, ਤੁਸੀਂ ਦੇਖ ਰਹੇ ਹੋ ਪਿੱਛੇ ਕਾਲੇ ਬੱਦਲ ਹੈਗੇ ਆ, ਜਿੱਦਾਂ ਮੌਸਮ ਥੋੜ੍ਹਾ ਸਾਫ਼ ਹੁੰਦਾ ਅਸੀਂ ਉਹਦਾ ਵੀ ਪਾਣੀ ਕਢਾ ਕੇ ਛੱਪੜਾਂ ਦੀ ਵੀ ਨਾਲ ਨਾਲ ਸਫਾਈ ਕਰਾ ਦਾਂਗੇ, ਤਾਂ ਕਿ ਜਿਹੜਾ ਕੁਝ ਪਾਣੀ ਉੱਥੇ ਵੀ ਜਾ ਸਕੇ ਉਹਦੇ ਨਾਲ ਇਹ ਜਿਹੜੀ ਓਵਰਫਲੋਇੰਗ ਦੀ ਪ੍ਰੋਬਲਮ ਹੈ ਜਾਂ ਵਾਟਰ ਲੋਗਿੰਗ ਦੀ ਪ੍ਰੋਬਲਮ ਹੈ, ਰੁਕ ਸਕਦੀ ਹੈ। ਪਰ ਇਸ ਟਾਈਮ ਲੋਕਾਂ ਨੇ ਆਪਣੇ ਆਂਢੀ ਗੁਆਂਢੀ ਸਮਾਨ ਰੱਖਿਆ ਜਿਨ੍ਹਾਂ ਦੇ ਘਰ ਨੀਵੇਂ ਆ, ਪਾਣੀ ਨਾਲ ਭਰੇ ਹੋਏ ਆ, ਉਹਨਾਂ ਵਾਸਤੇ ਕੀ ਤੁਹਾਡਾ? ਦੇਖੋ, ਇਹ ਹਿਸਟੋਰੀਕਲੀ ਜਦੋਂ ਮੈਂ ਚੈੱਕ ਕਰਾਇਆ ਹੈਗਾ, ਹਿਸਟੋਰੀਕਲੀ ਆ ਪਿੰਡ ਇੱਕ ਨੀਵੇਂ ਪਾਸੇ 'ਤੇ ਹੈਗਾ, ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਜਿੰਨਾ ਵੀ ਬਾਰਿਸ਼ ਦਾ ਪਾਣੀ ਹੈ ਇਹਦੇ ਵਿੱਚ ਵੀ ਫਲੋ ਕਰਦਾ ਆਇਆ ਹੈਗਾ। ਕੁਛ ਕੁਛ ਏਰੀਆ ਜੋ ਸਾਨੂੰ ਲੱਗੇ, ਜੋ ਗੈਪਸ ਅਸੀਂ ਆਈਡੈਂਟੀਫਾਈ ਕੀਤੇ ਹੈ, ਉਹਨੂੰ ਅਸੀਂ ਜਲਦੀ ਪਲੱਗ ਕਰਾ ਦਾਂਗੇ, ਤਾਂ ਕਿ ਅੱਗੇ ਦੀ ਇੱਦਾਂ ਦੀ ਸਿਚੁਏਸ਼ਨ ਨਾ ਆਵੇ, ਇਸ ਤੋਂ ਪਹਿਲੇ ਹੀ ਇਹ ਤੋਂ ਨਜਿੱਠਿਆ ਜਾ ਸਕੇ। ਕਿਉਂਕਿ ਲਾਗੇ ਲਾਗੇ ਪਿੰਡ ਹੋਰ ਵੀ ਹੈ 2-3 ਜੀ, ਉਹਨਾਂ ਵਿੱਚ ਵੀ ਤੁਸੀਂ ਜਾਓਗੇ ਇਸ ਟਾਈਮ ਤੋਂ? ਸਭ ਇੱਥੋਂ ਹੀ ਆਪਾਂ, ਬਿਲਕੁਲ, ਤੁਹਾਨੂੰ ਪਤਾ ਬਾਰਿਸ਼ ਬਹੁਤ ਥੋੜ੍ਹੇ ਟਾਈਮ 'ਚ ਬਹੁਤ ਜ਼ਿਆਦਾ ਹੋ ਗਈ ਹੈਗੀ ਹੈ, ਇਹਦੇ ਉੱਤੇ ਕਿਸੇ ਦਾ ਕੰਟਰੋਲ ਨਹੀਂ ਹੁੰਦਾ, ਅਸੀਂ ਇਹਨੂੰ ਡੈਮੇਜ ਮੈਨੇਜ ਕਰ ਸਕਦੇ ਹਾਂ, ਡੈਮੇਜ ਨੂੰ ਕੰਟਰੋਲ ਕਰ ਸਕਦੇ ਹਾਂ, ਜੋ ਅਸੀਂ ਕਰ ਰਹੇ ਹਾਂ। ਥੈਂਕ ਯੂ। ਹਾਂਜੀ ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਰਾਤ ਬਾਰਿਸ਼ ਪਈ ਰਾਤ ਨੂੰ, ਜਿਸ ਦੇ ਨਾਲ ਪਿੰਡਾਂ ਆਲੇ ਦੁਆਲਿਆਂ ਦਾ ਪਾਣੀ ਇਕੱਠਾ ਹੋ ਕੇ
सारा ही दरवेश पिंड 300-400 एकड़ दे विच इह पानी दे नाल झोना डुब गया, जिस दे नाल काफ़ी भारी नुकसान होया। अज मौके ते पहला काफ़ी अं प्रशासनां नूं पहला टैलीफोन भी अही करते रहे, पर वो टैलीफोन जिन्हां ते अही गल करते सी पर वो जिहड़े टैलीफोन चल ही नहीं सी रहे, वो बंद नहीं सी चल रहे। फिर चलो पटवारी साहब ने भी वो भी मौके पर उन्होंने आके साड़ी एकदम आके उन्होंने पटवारी साहब ने आके सारा उन्होंने मौके पर आके साडा साथ दिता। जो भी फसलों का नुकसान है इस वेले काफ़ी भारी हो चुका, हुण मौके पर डीसी साहब तहसीलदार साहब अते होर पूरा प्रशासन मौके पर देख के सानू पूर्ण विश्वास दवा के गया भी असी ये जल्द असी तुहाडा एक जिहड़ा हैगा मसला हल कर देवांगे। जानी माली नुकसान तो बचाओ आ गुरु महाराज की कृपा सदका ये इस चीज़ तो बचा काफ़ी आ। इस वेले प्रशासन की कमी लगती है की लगता है ये जी मैनेजमेंट जी है उसकी काफ़ी है, प्रशासन की नलैकी आ। प्रशासन जो समय सिर ये जोड़ा हैगा ये काम नहीं करता, ये गली बाती अपना काम पूरा कर जाते हैं। नहीं जी पहला नहीं जागता, जे पहला जाग जाए तो इतने तक जी स्थिति है ये पैदा ना हो सके।